ਗਲੋਬਲ ਪੰਜਾਬ ਟੀਵੀ ਤੇ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਇਹਨਾਂ ਦਿਨਾਂ ਦੇ ਅੰਦਰ ਪੰਜਾਬ ਤੇ ਉੱਤਰੀ ਭਾਰਤ ਦੇ ਅੰਦਰ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। ਠੀਕ ਹੈ ਕਿ ਸਮੁੱਚੇ ਤੌਰ ਤੇ ਵੀ ਜਨਜੀਵਨ ਪ੍ਰਭਾਵਿਤ ਹੋ ਰਿਹਾ, ਪਰ ਜੇ ਦੇਖਿਆ ਜਾਵੇ ਤਾਂ ਸੜਕਾਂ ਤੇ ਹਾਦਸੇ ਬਹੁਤ ਜ਼ਿਆਦਾ ਵੱਧ ਗਏ ਨੇ, ਜਿਹਦੇ ਨਾਲ ਮੌਤਾਂ ਵੀ ਹੁੰਦੀਆਂ। ਜੇ ਅਸੀਂ ਪੰਜਾਬ ਦੀ ਗੱਲ ਕਰੀਏ, ਜੇ ਮੌਸਮ ਸਹੀ ਵੀ ਹੋਵੇ, ਇਸ ਦੇ ਬਾਵਜੂਦ ਪੰਜਾਬ 'ਚ ਇੰਨੇ ਹਾਦਸੇ ਹੁੰਦੇ ਹੈ ਕਿ ਪੰਜਾਬ ਦੀ ਗਿਣਤੀ ਕੌਮੀ ਪੱਧਰ 'ਤੇ ਦੂਜੇ ਨੰਬਰ 'ਤੇ ਆਉਂਦੀ ਹੈ। ਪਹਿਲਾ ਨੰਗਾ ਨਾਗਾਲੈਂਡ ਦਾ। ਇਹ ਵੀ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਅੰਦਰ ਹਾਦਸਿਆਂ ਦੇ ਨਾਲ ਹੁਣ ਤੱਕ ਜਿੰਨੀਆਂ ਮੌਤਾਂ ਹੋ ਚੁੱਕੀਆਂ ਹੈ, ਇਹਨਾਂ ਮੌਤਾਂ ਦੀ ਗਿਣਤੀ ਪੰਜਾਬ 'ਚ ਅੱਤਵਾਦ ਦੇ ਦੌਰ ਦੌਰਾਨ ਹੋਈਆਂ ਮੌਤਾਂ ਨਾਲੋਂ ਕਿਤੇ ਵਧੇਰੇ ਹੈ। ਇਹਦੇ ਲਈ ਪ੍ਰਸ਼ਾਸਨ ਅਤੇ ਸਾਡਾ ਸਮਾਜ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਅਸੀਂ ਜੇ ਕੋਈ ਥੋੜ੍ਹੇ ਜਿਹੇ ਸਟੈਪਸ ਵੀ ਲੈ ਲਈਏ ਤਾਂ ਬਹੁਤ ਕੁਝ ਬਚਾਇਆ ਜਾ ਸਕਦਾ, ਸਾਡੀਆਂ ਕਾਲੀਆਂ ਸੜਕਾਂ ਨੂੰ ਲਹੂ ਲੁਹਾਣ ਹੋਣ ਤੋਂ ਬਚਾਇਆ ਜਾ ਸਕਦਾ ਅਤੇ ਬਚਾਏ ਜਾ ਸਕਦੇ ਹੈ ਘਰਾਂ 'ਚ ਸੱਥਰ ਵਿਛਣੇ। ਇਹਨਾਂ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਦੇ ਲਈ ਅੱਜ ਸਾਡੇ ਨਾਲ ਜਿਹੜੇ ਵਿਸ਼ੇਸ਼ ਮਹਿਮਾਨ ਜੁੜੇ ਨੇ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਸਰ ਗੁਰਿੰਦਰਜੀਤ ਸਿੰਘ ਭਾਟੀਆ, ਦੂਜੇ ਸਾਡੇ ਜਿਹੜੇ ਖਾਸ ਮਹਿਮਾਨ ਨੇ ਟ੍ਰਿਬਿਊਨ ਦੇ ਸਾਬਕਾ ਜਨਰਲ ਮੈਨੇਜਰ OP ਰੇੜਾ। ਅਸੀਂ ਦੋਨਾਂ ਮਹਿਮਾਨਾਂ ਨੂੰ ਜੀ ਹਾਂ ਆਖਦੇ ਹਾਂ। ਭਾਟੀਆ ਸਾਹਿਬ, ਮੈਂ ਅੱਜ ਦੀ ਗੱਲਬਾਤ ਤੁਹਾਡੇ ਤੋਂ ਸ਼ੁਰੂ ਕਰਦਾ। ਭਾਟੀ ਸਾਹਿਬ, ਤੁਸੀਂ ਐਡਵੋਕੇਟ ਵੀ ਹੈ, ਤੁਹਾਡਾ ਵਾਹ ਵੀ ਪੈਂਦਾ ਜੋ ਮੈਂ ਫਿਗਰ ਕੋਟ ਕੀਤੀ ਹੈ। ਪੰਜਾਬ ਦੇ ਅੰਦਰ ਇੰਨੇ ਹਾਦਸਿਆਂ ਦਾ, ਗਿਣਤੀ ਦਾ ਬੁਰੀ ਤਰ੍ਹਾਂ ਵਾਧਾ ਕਿਉਂ ਹੋ ਰਿਹਾ, ਕੀ ਵਜ੍ਹਾ ਹੈ? ਉਹਦੇ ਕਈ ਕਾਰਨ ਇਹ ਹੈਗੇ ਨੇ ਜੀ। ਵੈਸੇ ਇਹਦੇ ਉੱਤੇ ਸੁਪਰੀਮ ਕੋਰਟ ਨੇ ਇੱਕ ਜੱਜਮੈਂਟ ਦਿੱਤੀ ਸੀ 22 ਅਪ੍ਰੈਲ 2012 ਨੂੰ। ਜੀ ਜੀ। ਉਹਦੇ ਵਿੱਚ ਬਕਾਇਦਾ ਉਹਨਾਂ ਨੇ ਸਾਰੇ ਰਾਜਾਂ ਨੂੰ UT ਨੂੰ ਡਾਇਰੈਕਸ਼ਨ ਦਿੱਤੀ ਸੀ ਜੀ ਕਿ ਜਿਸ ਤਰ੍ਹਾਂ ਸਾਡੀ ਈ ਗਵਰਨਮੈਂਟ ਹੈ, ਇਸ ਤਰ੍ਹਾਂ 3 E ਦੇ ਉੱਤੇ ਵੀ ਧਿਆਨ ਰੱਖਿਆ ਜਾਵੇ ਜੀ। E1 ਫਾਰ ਇੰਜੀਨੀਅਰਿੰਗ, ਅਦਰ ਫਾਰ ਇਨਫੋਰਸਮੈਂਟ, ਥਰਡ ਫਾਰ ਐਮਰਜੈਂਸੀ। ਇੰਜੀਨੀਅਰਿੰਗ ਜਿਹੜੀ ਆ, ਸਾਡੀਆਂ ਸੜਕਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਰੱਖਿਆ ਜਾਵੇ, ਜਿਹੜੇ ਬਲੈਕ ਸਪੋਟ ਨੇ ਉਹਨਾਂ ਨੂੰ ਦੇਖਿਆ ਜਾਵੇ ਜੀ, ਔਰ ਸਿਮਿਲਰਲੀ ਜੋ ਐਜੂਕੇਸ਼ਨ ਹੈ ਬੱਚਿਆਂ ਨੂੰ ਪੂਰੀ ਤਰ੍ਹਾਂ ਉਹਨੂੰ ਐਜੂਕੇਟ ਕੀਤਾ ਜਾਵੇ ਕਿ ਟ੍ਰੈਫਿਕ ਤੋਂ ਕੀ ਕੀ ਮਤਲਬ ਕਿ ਹਾਦਸੇ ਤੋਂ ਬਾਅਦ ਕੀ ਨੁਕਸਾਨ ਹੁੰਦੇ ਨੇ। ਸਿਮਿਲਰਲੀ ਜੋ ਐਮਰਜੈਂਸੀ ਆ ਉਹਦੇ ਵਿੱਚ NGO ਦਾ, ਐਂਬੂਲੈਂਸ ਦਾ, ਹੋਸਪਿਟਲ ਦਾ ਆਪਸ ਵਿੱਚ ਤਾਲਮੇਲ ਬਣਿਆ ਹੋਇਆ ਹੋਵੇ, ਪੁਲਿਸ ਦਾ ਤਾਲਮੇਲ ਬਣਿਆ ਹੋਵੇ ਤਾਂ ਜੋ ਵੇਲੇ ਸਿਰ ਲੋੜਵੰਦ ਨੂੰ ਸਹਾਇਤਾ, ਡਾਕਟਰੀ ਸਹਾਇਤਾ ਦਿੱਤੀ ਜਾ ਸਕੇ ਜੀ। ਡਾਕਟਰ ਸਾਹਿਬ, ਜਿੱਦਾਂ ਇੱਦਾਂ ਕਹਿੰਦੇ ਵੀ ਕਿਸੇ ਨੇ ਕੋਈ ਸਟੈਪਸ ਜਿਹੜੇ ਲੈਣੇ ਚਾਹੀਦੇ ਜਿਹੜੇ ਜਾਨਾਂ ਬਚਾ ਸਕਦੇ ਆ, ਇਹ ਵੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕਿਸੇ ਤਰੀਕੇ ਨਾਲ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ, ਉਹ ਐਡਮਿਨਿਸਟ੍ਰੇਸ਼ਨ ਵੀ ਰਿਸਪੋਂਸੀਬਿਲਟੀ ਹੈ ਕਿ ਇਹਨਾਂ ਹਾਦਸਿਆਂ ਦੀ ਗਿਣਤੀ ਜਿਹੜੀ ਘੱਟ ਨਹੀਂ ਰਹੀ। ਮੈਂ ਇਹਦੇ ਲਈ ਤੁਹਾਡੀ ਇੱਕ ਧਿਆਨ 'ਚ ਲੈਣਾ ਚਾਹੁੰਦਾ, ਜਿੱਦਾਂ ਤੁਸੀਂ ਸ਼ਰਾਬ ਦਾ ਜ਼ਿਕਰ ਕੀਤਾ, ਪੰਜਾਬ ਦੇ 22 ਜ਼ਿਲ੍ਹੇ ਹੈ, 22 ਜ਼ਿਲ੍ਹਿਆਂ 'ਚ ਪੰਜਾਬ ਕੋਲ ਕੁੱਲ 40 ਜਿਹੜੇ ਐਲਕੋਮੀਟਰ ਨੇ, ਉਹਨਾਂ 'ਚੋਂ 22 ਖਰਾਬ ਪਏ ਹੈ, ਔਰ ਜਿਹੜਾ ਚੰਡੀਗੜ੍ਹ ਦਾ ਏਰੀਆ ਉਹ ਤੋਂ ਕਈ 100 ਗੁਣਾ ਛੋਟਾ ਹੈਗਾ, ਪਰ ਪੰਜਾਬ ਦੀ ਬਜਾਏ ਚੰਡੀ ਕੋਲ 44 ਜਿਹੜਾ ਚੰਡੀਗੜ੍ਹ ਕੋਲ ਐਲਕੋਮੀਟਰ ਨੇ, ਤਾਂ ਉਹਦਾ ਅੰਦਾਜ਼ਾ ਲਗਾਓ ਕਿ ਸ਼ਰਾਬ ਦੀ ਅਗਰ ਵਾਹਨਾਂ ਦੀ ਚੈਕਿੰਗ ਕਰਨੀ ਹੈ ਤਾਂ ਉਹਦਾ ਕੀ ਅੰਤਰ ਹੋਏਗਾ। ਔਰ ਇਸੇ ਤਰੀਕੇ ਨਾਲ ਜੇ ਟ੍ਰੈਫਿਕ ਦੀ ਆਪਾਂ ਗਲਤੀ ਕਰੀਏ, ਜਿੰਨੀ ਪੰਜਾਬ ਕੋਲ ਟ੍ਰੈਫਿਕ ਦੇ ਜਿਹੜੇ ਇੰਪਲਾਈਜ਼ ਹੈਗੇ ਆ, ਉਹ ਚੰਡੀਗੜ੍ਹ ਦੇ ਵਿੱਚ 2000 ਇੰਪਲਾਈ ਹੈ ਟ੍ਰੈਫਿਕ ਦੇ, ਔਰ ਪੰਜਾਬ ਦੇ ਵਿੱਚ 2200 ਇੰਪਲਾਈ ਹੈ ਟੋਟਲ ਪੰਜਾਬ ਦੇ ਅੰਦਰ ਟ੍ਰੈਫਿਕ ਦੇ। ਤੁਸੀਂ ਇੱਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੋ ਇਹ ਕਿਤੇ ਇਹ ਨਹੀਂ ਗੱਲ ਬਣਦੀ ਕਿ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਜਾਂ ਸਰਕਾਰ ਹੈ ਉਹ ਵੀ ਕਿਤੇ ਜ਼ਿੰਮੇਵਾਰ ਹੈ ਇਹਨਾਂ ਹਾਦਸਿਆਂ ਦੇ ਲਈ। ਇਹ ਜਿਹੜੀ ਤੁਸੀਂ ਸਿੱਧੂ ਸਾਹਿਬ ਫਿਗਰ ਦੇ ਰਹੇ ਹੋ ਜੀ, ਪੰਜਾਬ ਦੀ ਪਾਪੂਲੇਸ਼ਨ ਤੁਹਾਨੂੰ ਪਤਾ ਲਗਭਗ 3 ਕਰੋੜ ਹੈ ਜੀ ਜੀ, ਔਰ ਚੰਡੀਗੜ੍ਹ ਦੀ ਹੈ 10 ਲੱਖ 11 ਲੱਖ ਲਾਸਟ ਸੈਂਸਸ ਦੇ ਹਿਸਾਬ ਨਾਲ ਜੀ ਜੀ। ਤੋ ਇਸ ਹਿਸਾਬ ਨਾਲ ਜਿਹੜੀ ਤੁਸੀਂ ਫਿਗਰ ਦੇ ਰਹੇ ਹੋ, ਕਿਹਾ ਗਿਆ ਇੰਡੀਆ 'ਚ ਕਿ ਚੰਡੀਗੜ੍ਹ ਇਜ਼ ਦੀ ਬੈਸਟ ਪੋਲਿਸਡ ਸਿਟੀ ਇਨ ਦੀ ਕੰਟਰੀ ਜੀ ਜੀ। ਜੇ ਚੰਡੀਗੜ੍ਹ ਦਾ ਰੇਸ਼ੋ ਰੱਖਣਾ ਹੈ ਤਾਂ ਟ੍ਰੈਫਿਕ ਪੁਲਿਸ ਪੰਜਾਬ ਵਿੱਚ ਚਾਹੀਦੀ 60,000, ਉਹਨੂੰ 30 ਨਾਲ ਮਲਟੀਪਲਾਈ ਕਰੋ, 2200 ਦੀ ਕੁਝ ਨਹੀਂ ਤਾਂ 10,000 ਤਾਂ ਕਰੋ ਜੀ। ਜੇ ਤੁਹਾਡੇ ਕੋਲ ਇਨਫੋਰਸਮੈਂਟ ਏਜੰਸੀ ਇਨਐਡੂਕੇਟ ਹੈ ਤਾਂ ਉਹ ਕਿਵੇਂ ਕਰ ਸਕਦੇ? ਅਸੀਂ ਤੁਸੀਂ ਉਹਨਾਂ ਕੋਲ ਕੀ ਐਕਸਪੈਕਟ ਕਰਦੇ ਹੋ? ਔਰ ਫਿਰ ਇਹ ਕਿ ਨਾ ਭੁੱਲੋ ਕਿ ਜਿਹੜੀ ਸੜਕ ਹਾਦਸੇ 'ਚ ਮੌਤ ਹੁੰਦੀ ਹੈ ਉਹ ਬੜੀ ਪ੍ਰੈਸ਼ੀਅਸ ਹੁੰਦੀ, ਉਹ ਜਵਾਨ ਦੀ ਹੁੰਦੀ ਜੀ। ਜਿਹੜੀ ਫਿਗਰ RDA ਨੇ ਉਹ 15 ਸਾਲ ਤੋਂ 44 ਸਾਲ ਦੇ ਲੋਕਾਂ ਦੀ ਮੈਕਸੀਮਮ ਸੜਕ ਹਾਦਸਿਆਂ ਜ਼ਿਆਦਾ ਮੌਤ ਜੀ। ਔਰ ਦੂਸਰਾ ਕੀ ਗੱਲ ਹੈ ਕਿ ਉਹਦੇ 'ਚ ਮੇਲ ਜ਼ਿਆਦਾ ਨੇ, ਫੀਮੇਲਸ ਬਹੁਤ ਘੱਟ ਨੇ, ਉਹ ਤਾਂ ਅੰਡਰਸਟੈਂਡੇਬਲ ਹੈ ਕਿ ਔਰਤਾਂ ਬਾਹਰ ਅਜੇ ਵੀ ਪੰਜਾਬ ਵਿੱਚ ਘੱਟ ਨਿਕਲਦੀ ਜੀ ਜੀ। ਪਰ RDA ਐਵਰੇਜ ਵੀ ਇਹ ਹੈ ਕਿ ਰੋਡ ਐਕਸੀਡੈਂਟ 'ਚ ਮਰਨ ਵਾਲੇ ਬੰਦੇ ਜ਼ਿਆਦਾ ਜੀ, ਔਰਤਾਂ ਘੱਟ ਨੇ, ਔਰ ਉਹ ਬੜੀ ਬੜੀ ਪ੍ਰਾਈਮ ਏਜ ਹੈ 15 ਸਾਲ ਤੋਂ 44 ਸਾਲ ਜੀ ਜੀ। ਸੋ ਇਹ ਤਾਂ ਜਿਹੜਾ ਲਾ ਇਨਫੋਰਸਮੈਂਟ ਏਜੰਸੀ ਦਾ ਦੇ ਹੈ ਉਹਨਾਂ ਨੂੰ ਬਿਲਕੁਲ ਟਫ ਹੋਣਾ ਚਾਹੀਦਾ ਜੀ, ਜਿਵੇਂ ਇੰਗਲੈਂਡ 'ਚ ਸਿਸਟਮ, ਜੌਨ ਮੇਜਰ ਸੀ ਪ੍ਰਧਾਨ ਮੰਤਰੀ ਜੀ,
ਉਹਦਾ ਪੁੱਤਰ 17-18 ਸਾਲ ਦਾ ਜਿਹੜਾ ਉੱਥੇ ਸੈਂਟਰਲ ਪੁਆਇੰਟ ਲੰਡਨ ਦਾ ਜਿਹਨੂੰ ਬੋਲਦੇ ਨੇ ਪਿਕਾਡਲੀ ਸਕੇਅਰ, ਜਵਾਨ ਮੁੰਡਾ 17-18 ਸਾਲ ਹੁੜਦੁੰਗ ਕਰ ਰਿਹਾ ਸ਼ਰਾਬ ਪੀ ਕੇ ਜੀ, ਪੁਲਿਸ ਉਹਨੂੰ ਫੜ ਕੇ ਲੈ ਜਾਂਦੀ ਹੈ ਔਰ ਸਾਰੀ ਰਾਤ ਉਹ ਲੋਕ ਅਪ 'ਚ ਰਹਿੰਦਾ। ਉਹਦੇ ਪਿਓ ਨੇ ਫੋਨ ਨਹੀਂ ਕੀਤਾ, ਕਿਹਾ ਅਸੀਂ ਐਸੇ ਮਿਆਰ ਹਿੰਦੁਸਤਾਨ ਨੇ ਲਿਆ ਸਕਦੇ? ਬਿਲਕੁਲ ਠੀਕ, ਇਸ ਚੀਜ਼ ਦੀ ਲੋੜ ਹੈ। ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ 200 ਗਜ਼ 'ਤੇ ਕਿਸੇ ਕੁਲੀਗ ਦੇ ਘਰ ਡਿਨਰ ਕਰਨ ਜਾਂਦਾ, ਗੱਡੀ ਆਪ ਚਲਾ ਲਈ ਉਹਨੇ, ਬਾਹਰ ਇਹ ਬੜਾ ਕਾਮਨ ਜਿਹਾ, ਸੀਟ ਬੈਲਟ ਨਹੀਂ ਲਾਈ। ਔਰ ਬਾਟੀਆ ਦਾ ਫੈਲੋ ਦੀ ਪ੍ਰਾਈਮ ਮਿਨਿਸਟਰ ਵਾਸ ਚਲਾਂਡ ਬਟ ਨਾਟ ਵੇਅਰਿੰਗ ਦੀ ਸੀਟ ਬੈਲਟ। ਅਗਰ ਅਸੀਂ ਸੁਧਾਰ ਕਰਨਾ, ਅਗਰ ਅਸੀਂ ਸੀਰੀਅਸ ਹਾਂ ਤਾਂ ਸਾਨੂੰ ਜਿਹੜਾ ਹੈਗਾ ਇਹੋ ਜਿਹੇ ਸਖਤ ਸਟੈਪ, ਜਿੱਦਾਂ ਤੁਸੀਂ ਕਿਹਾ, ਔਰ ਤੁਸੀਂ ਅਮੈਰੀਕਾ ਦੀ ਤੁਲਨਾ ਕਰਦੇ ਹੋ, ਇੰਗਲੈਂਡ ਦੀ ਗੱਲ ਕਰਦੇ ਹੋ, ਆਸਟ੍ਰੇਲੀਆ ਦੀ ਗੱਲ ਕੀਤੀ ਹੈ, ਮੈਂ ਤੁਹਾਨੂੰ ਬਿਲਕੁਲ ਹਲਕੀ ਜਿਹੀ ਗੱਲ, ਆਪਾਂ ਚੰਡੀਗੜ੍ਹ 'ਚ ਬੈਠੇ, ਚੰਡੀਗੜ੍ਹ ਦੀ ਗੱਲ ਕਰਦਾ, ਜਿਉਂ ਹੀ ਪੰਜਾਬ ਦਾ ਡਰਾਈਵਰ ਗੱਡੀ ਲੈ ਕੇ ਜ਼ੀਰਕਪੁਰ ਦਾਖਲ ਹੁੰਦਾ ਹੈ ਤਾਂ ਉਹਦਾ ਬਗੈਰ ਸੋਚੇ ਹੱਥ ਜਿਹੜਾ ਸੀਟ ਬੈਲਟ 'ਤੇ ਚਲਿਆ ਜਾਂਦਾ ਹੈ। ਇਹ ਮੋਹਾਲੀ ਕਿਉਂ ਨਹੀਂ ਚੱਲਿਆ ਜਾਂਦਾ, ਰਾਜਪੁਰਾ ਕਿਉਂ ਨਹੀਂ ਚੱਲਿਆ ਜਾਂਦਾ? ਇਹਦਾ ਮਤਲਬ ਕਿਤੇ ਨਾ ਕਿਤੇ ਜਿਹੜੀ ਸਾਡੀ ਐਡਮਿਨਿਸਟ੍ਰੇਸ਼ਨ ਦੀ ਉਹ ਬੜਾ ਲੈਕਸ ਨਿਕਲੀ ਜੀ। ਬਿਲਕੁਲ, ਔਰ ਜਿੱਦਾਂ ਤੁਸੀਂ ਕਿਹਾ ਗੱਲ ਕਿ ਪੰਜਾਬ ਦੇ ਅੰਦਰ ਜੇ ਕਿਸੇ ਸ਼ਹਿਰ ਦੇ ਅੰਦਰ ਕੋਈ ਚਲਾਉਣ ਦੇ ਲਈ ਕੋਈ ਬੱਚਾ ਫੜਿਆ ਵੀ ਜਾਂਦਾ ਤਾਂ ਨਾਲ ਦੀ ਨਾਲ ਫੋਨ ਜਿਹੜਾ ਹੈਗਾ ਕਿਸੇ MLA ਨੂੰ ਜਾਏਗਾ, ਕਿਸੇ ਪੁਲਿਸ ਅਫਸਰ ਨੂੰ ਜਾਏਗਾ, ਔਰ ਛਡਾਉਣ ਤੋਂ ਇਲਾਵਾ ਦੂਜੀ ਗੱਲ ਨਹੀਂ ਹੁੰਦੀ। ਜਿੱਦਾਂ ਇੱਦਾਂ ਦੇ ਸਿਚੁਏਸ਼ਨ ਦੇ ਵਿੱਚ ਜਿਹੜਾ ਹੈਗਾ ਪਾਠਕਿਆ ਸਾਹਿਬ, ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਉਸ ਦੀ ਵੀ ਬਹੁਤ ਵੱਡੀ ਲਾਪਰਵਾਹੀ ਹੈ? ਤੁਹਾਡੇ ਕੋਲ ਤਾਂ ਕੇਸ ਬੜੇ ਆਉਂਦੇ ਹੋਣੇ ਆ ਹਾਈਕੋਰਟ ਦੇ ਅੰਦਰ। ਹਾਂ, ਇਸ ਤਰ੍ਹਾਂ ਦੇ ਆਉਂਦੇ ਨੇ ਜੀ, ਪਰ ਮੇਨ ਗੱਲ ਤਾਂ ਇਹ ਹੈ ਕਿ ਪੇਰੈਂਟਸ ਨੂੰ ਇਹਦੇ ਬਾਰੇ ਐਜੂਕੇਟ ਕਰਨਾ ਜ਼ਿਆਦਾ ਜ਼ਰੂਰੀ ਆ ਤਾਂ ਜੋ ਆਪਣੇ ਬੱਚਿਆਂ ਨੂੰ ਉਚਿਤ ਸਮੇਂ ਦੇ ਉੱਤੇ ਹੀ ਜਿਹੜੀ ਆ ਗੱਡੀ ਚਲਾਉਣ ਨੂੰ ਦੇਣ, ਸਕੂਟਰ ਚਲਾਉਣ ਨੂੰ ਦੇਣ। ਜੀ ਜੀ, ਪੜੇ ਸਰ, ਜਿਹੜੀ ਪੇਰੈਂਟਸ ਵਾਲੀ ਗੱਲ ਹੈ, ਜ਼ਿੰਮੇਵਾਰੀ ਹੈ ਸਮਾਜਿਕ ਤੌਰ 'ਤੇ, ਬਿਲਕੁਲ ਬਣਦੀ ਹੈ। ਪਰ ਜਿਹੜੀ ਗੱਲ ਕਰ ਰਿਹਾ ਅਰੋੜਾ ਸਾਹਿਬ ਕਿ ਜਿਹੜਾ ਪ੍ਰਸ਼ਾਸਨ ਹੈਗਾ, ਐਡਮਿਨਿਸਟ੍ਰੇਸ਼ਨ ਹੈ, ਅਗਰ ਉਹਦਾ ਵੀ ਰਵੱਈਆ ਠੀਕ ਹੋਏ ਤਾਂ ਕਾਫੀ ਕੁਝ ਕੰਟਰੋਲ ਹੋ ਸਕਦਾ। ਹਾਂ, ਉਹਨਾਂ ਨੂੰ ਸਭ ਤੋਂ ਪਹਿਲਾਂ ਤਾਂ ਜ਼ਰੂਰ ਬੱਚਾ ਜਿਹੜਾ ਅਗਰ ਇੱਦਾਂ ਦੀ ਗਲਤੀ ਕਰਦਾ ਉਹਨੂੰ ਜ਼ਰੂਰ ਪਿਆਰ ਨਾਲ ਸਮਝਾਉਣਾ ਚਾਹੀਦਾ ਤਾਂ ਜੋ ਉਹ ਗਲਤ ਰਸਤਾ ਨਾ ਅਪਣਾਵੇ, ਕਿਉਂਕਿ ਜੇ ਉਹ ਸੋਚੇਗਾ ਵੀ ਪੈਸੇ ਦੇ ਕੇ ਮੈਂ ਛੁੱਟ ਸਕਦਾ ਤਾਂ ਅੱਗੇ ਲਈ ਉਹਨੂੰ ਇੱਕ ਤਾਂ ਕਰਪਸ਼ਨ ਦੀ ਆਦਤ ਪੈ ਜਾਏਗੀ ਜੀ। ਇਨ ਦੀ ਫਸਟ ਇੰਸਟਾਂਸ ਉਹਨੂੰ ਜ਼ਰੂਰ ਪਿਆਰ ਨਾਲ ਸਮਝਾ ਕੇ ਉਹਦੇ ਪੇਰੈਂਟ ਨੂੰ ਬੁਲਾ ਕੇ ਸਮਝਾ ਦੇਣਾ ਜੀ ਜੀ। ਅਗਰ ਉਹ ਸੈਕਿੰਡ ਟਾਈਮ ਰਿਪੀਟ ਕਰਦਾ ਤਾਂ ਫਿਰ ਜ਼ਰੂਰ ਉਹਨੂੰ ਜੋ ਹੈ ਉਚਿਤ ਸਖਤੀ ਦੇ ਨਾਲ ਜਿਹੜਾ ਹੈਗਾ ਨਿਪਟਣਾ ਚਾਹੀਦਾ, ਲਿਆ ਜਾਣਾ ਜੀ। ਰੋੜਾ ਸਾਹਿਬ, ਜਿਹੜੀਆਂ ਮਾੜੀ, ਕੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਸਿੱਧੂ ਸਾਹਿਬ, ਤੁਸੀਂ ਅੱਗੇ ਹਫ਼ਤਾ 10 ਦਿਨ ਪਹਿਲੇ ਜੀ ਇੱਕ ਖਬਰ ਪੜ੍ਹੀ ਲੁਧਿਆਣਾ ਦੀ ਕਿ ਇੱਕ ਦਲੇਰ ASP ਨੇ ਉਸ ਗੱਡੀ ਦਾ ਚਲਾਨ ਕੀਤਾ ਜਿਹੜੀ ਕਿਸੇ ਜਾਈਦੀ ਸੀ। ਬਿਲਕੁਲ ਠੀਕ ਹੈ, ਪਾਟੀਆ ਸਾਹਿਬ ਨੂੰ ਪਤਾ ਹੋਣਾ, ਨਾਮ ਹੀ ਪਤਾ ਹੋਣਾ। ਬਿਲਕੁਲ ਬਿਲਕੁਲ, ਚਲੋ ਅਸੀਂ ਨਾ ਚੈਨਲਾਂ ਤੇ ਨਹੀਂ ਲਵਾਂਗੇ, ਨਾ ਨਹੀਂ ਲਵੋ ਤੁਸੀਂ। ਮੈਂ ਸਾਡੀ ਮੈਂਟੈਲਿਟੀ ਦੇਖੋ ਜਿਹੜੇ ਲੋਕ ਨੇ ਇਨ ਅਥਾਰਿਟੀ, ਕਿ ਇੱਕ ਗੱਡੀ ਉਹਦੇ 'ਚ ਮੈਜਿਸਟ੍ਰੇਟ ਬੈਠਾ ਨਹੀਂ ਹੈ, ਜੱਜ ਜੀ, ਉਹਦਾ ਡਰਾਈਵਰ ਚਲਾ ਰਿਹਾ, ਕੋਈ ਹੋਰ ਕਰਦੇ ਬੰਦੇ ਨੇ, ਇੱਕ ਬੜਾ ਦਲੇਰ ASP ਕਹਿੰਦਾ ਵੀ ਕੋਈ ਹੋਵੇ, ਕਾਨੂੰਨ ਇਜ਼ ਕਾਨੂੰਨ, ਮੈਂ ਤਾਂ ਚਲਾਨ ਕਰਾਂ। ਬਿਲਕੁਲ, ਔਰ ਪਤਾ ਕੀ ਹੋਇਆ ਕਿ ਅਗਲੇ ਦਿਨ ਉਹਦੀ ਟ੍ਰਾਂਸਫਰ ਹੋ ਗਈ ਜੀ। ਰੋੜਾ ਸਾਹਿਬ, ਮੈਂ ਤੁਹਾਨੂੰ ਵਿਚੋਂ ਟੋਕ ਕੇ ਕਹਿ ਰਿਹਾ, ਜੇ ਸਾਡੇ ਚੈਨਲ ਦੀ ਆਵਾਜ਼ ਕਿਤੇ ਪੰਜਾਬ ਗਵਰਨਮੈਂਟ ਦੇ ਕੰਨਾਂ ਤੱਕ ਪਹੁੰਚ ਸਕਦੀ ਹੋਵੇ, ਬਿਲਕੁਲ ਉਸ ਪੁਲਿਸ ਅਧਿਕਾਰੀ ਨੂੰ ਤਾਂ ਆਉਣ ਵਾਲੀ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਸਨਮਾਨਿਤ ਕਰਨਾ ਚਾਹੀਦਾ, ਨਾ ਕਿ ਉਸਦੀ ਬਦਲੀ ਕੀਤੀ ਜਾਏ। ਮੈਂ ਥੋੜ੍ਹਾ ਜਿਹਾ ਪਿੱਛੇ ਜਾਵਾਂ ਜੀ, 1955-56 ਜਵਾਹਰ ਲਾਲ ਨਹਿਰੂ ਟਰੈਵਲ ਕਰ ਰਿਹਾ ਸੀ ਜੀ। ਇਹ ਉੱਪਰ ਹੁੰਦਾ ਯਥਾ ਰਾਜਾ ਤਥਾ ਪ੍ਰਜਾ ਜੀ ਜੀ, ਪੁਰਾਣੀ ਕਹਾਵਤ ਬਿਲਕੁਲ ਸਹੀ ਹੈ ਜੀ ਜੀ। ਔਰ ਉਹ ਬੜਾ ਨੇਚਰ ਤੋਂ ਬੜਾ ਰੈਸਟਿਵ ਸੀ, ਕਾਲਿਆ ਸੀ, ਚੰਗਾ ਜ਼ਮਾਨਾ ਸੀ, ਚੰਡੀਗੜ੍ਹ ਬਣਿਆ ਅਤੇ ਖੁੱਲ੍ਹੀ ਜੀਪ 'ਚ ਪੰਡਿਤ ਜਵਾਹਰ ਲਾਲ ਨਹਿਰੂ ਘੁੰਮਦਾ ਸੀ। ਰਾਹ 'ਚ ਇੱਕ ਰੇਲਵੇ ਫਾਟਕ ਆਇਆ, ਪ੍ਰਾਈਮ ਮਿਨਿਸਟਰ ਹੈ, ਉਹਦਾ ਡਰਾਈਵਰ ਹੈ, ਇੱਕ ਸਿਕਿਉਰਿਟੀ ਗਾਰਡ ਹੈ, ਇੱਕ ਸੈਕਟਰੀ ਹੈ, 4 ਆਦਮੀ ਇੱਕ ਕਾਰੇ ਜੀ ਜੀ। ਉਹਨੇ ਫਾਟਕ ਬੰਦ ਕਰਤਾ ਤਾਂ ਪੰਡਿਤ ਜੀ ਨੇ ਕਿਹਾ ਉਹਨੂੰ, ਆਪਣੇ ਸਿਕਿਉਰਿਟੀ ਗਾਰਡ ਨੂੰ ਕਿਹਾ ਵੀ ਖੋਲ੍ਹੇ, ਪ੍ਰਾਈਮ ਮਿਨਿਸਟਰ ਆਇਆ। ਉਹਨੇ ਨਹੀਂ ਖੋਲ੍ਹਿਆ, ਉਹ ਸੈਕਟਰੀ ਗਿਆ, ਉਹਨੂੰ ਸੈਕਟਰੀ ਨੇ ਕਿਹਾ ਵੀ ਤੂੰ ਜਾ ਕੇ ਕਹਿ, ਉਹ ਸੈਕਟਰੀ ਨੇ ਕਿਹਾ ਵੀ ਇਸਕੋ ਖੋਲ੍ਹੋ, ਕਹਿੰਦੇ ਨਾ ਇਹ ਨਹੀਂ ਖੁੱਲ੍ਹੇਗਾ ਜਬ ਤੱਕ ਗਾੜੀ ਨਹੀਂ ਗੁਜ਼ਰੇਗੀ। ਪੰਡਿਤ ਜਵਾਹਰ ਲਾਲ ਨਹਿਰੂ ਕਾਲਾ ਤਾਂ ਸੀ ਨੇਚਰ ਦਾ, ਆਪ ਚਲਾ ਗਿਆ, ਕਹਿੰਦੇ ਉਹਨੂੰ ਕਹਿਣ ਲੱਗਾ ਗੈਂਗ ਮੈਨ ਨੂੰ, ਤੈਨੂੰ ਪਤਾ ਮੈਂ ਕੌਣ ਹਾਂ? ਕਹਿੰਦੀ ਆਪ ਹਮਾਰੇ ਪੂਜਨੀਏ ਪ੍ਰਧਾਨ ਮੰਤਰੀ ਹੋ ਜੀ। ਕਹਿੰਦੇ ਬਈ ਤੂੰ ਗੇਟ ਨਹੀਂ ਖੋਲ੍ਹਿਆ। ਕਹਿੰਦਾ ਸਰ ਆਪਨੇ ਕਾਨੂੰਨ ਬਣਾਇਆ, ਮੁਝੇ ਰੱਖਿਆ ਇਸਕੀ ਪਾਲਣਾ ਕੇ ਲੀਏ, ਗੇਟ ਫਾਟਕ ਤੋਂ ਤਭੀ ਖੁੱਲ੍ਹੇਗਾ ਜਬ ਗਾੜੀ ਗੁਜ਼ਰ ਜਾਏਗੀ। ਹੁਣ ਉਸ ਵੇਲੇ ਦਾ ਅਤੇ ਅੱਜ ਦਾ ਅੰਤਰ ਦੇਖੋ, ਪ੍ਰਧਾਨ ਮੰਤਰੀ ਨੇ ਆਪਣੀ ਜੇਬ ਵਿੱਚ ਹੱਥ ਮਾਰਿਆ, 100 ਦਾ ਨੋਟ, 100 ਦਾ ਨੋਟ ਉਹਨੂੰ ਇਨਾਮ ਦਿੱਤਾ, ਉਹਦਾ ਨਾਂ ਪਤਾ ਲਿਖਿਆ, ਪ੍ਰਾਈਮ ਮਿਨਿਸਟਰ ਆਫਿਸ 'ਤੇ ਉਹਨੂੰ ਕਮੈਂਡੇਸ਼ਨ ਸਰਟੀਫਿਕੇਟ ਭੇਜਿਆ ਜਿਹਦੇ ਬੇਸਿਸ 'ਤੇ ਉਹਦੀ ਪ੍ਰਮੋਸ਼ਨ ਹੋਈ ਆਊਟ ਆਫ ਟਰਨ। ਜੇ ਤਾਂ ਸਟੈਂਡਰਡ ਇਹ ਸੈੱਟ ਕਰ ਸਕਦੇ ਹਾਂ, ਜੇ ਰਾਜਾ ਆਪ ਗਲਤ ਹੈ ਤਾਂ ਪ੍ਰਜਾ ਕੋਲੋਂ ਸਹੀ ਹੋਣ ਦੀ ਉਮੀਦ ਨਾ ਰੱਖ। ਬਿਲਕੁਲ ਬਿਲਕੁਲ, ਰੋੜਾ ਸਾਹਿਬ ਤੁਸੀਂ ਇਹ ਗੱਲ ਕੀਤੀ ਹੈ,
ਜੇ ਅੱਜ ਦਾ ਦੌਰ ਹੁੰਦਾ ਤਾਂ ਉਹ ਜਿਹੜਾ ਰੇਲਵੇ ਮੈਨ ਸੀਗਾ ਉਹ ਪਤਾ ਹੀ ਨਹੀਂ ਹੋ ਸਕਦਾ ਹਿੰਦੁਸਤਾਨ ਦੇ ਕਿਹੜੇ ਕੋਨੇ 'ਚ ਪਿਆ ਹੁੰਦਾ, ਕਿਤੇ ਲੱਭਣਾ ਨਹੀਂ ਸੀਗਾ। ਬਿਲਕੁਲ ਸਹੀ ਪਟੀ ਸਰ, ਜਿੱਦਾਂ ਇੱਦਾਂ ਦਾ ਜ਼ਿਕਰ ਕੀਤਾ ਇਹਨਾਂ ਨੇ ਕਿ ਐਡਮਿਨਿਸਟ੍ਰੇਸ਼ਨ ਦੀ ਆਪਾਂ ਚਰਚਾ ਕਰ ਰਹੇ ਹਾਂ, ਉਹਦੇ 'ਚ ਇੱਕ ਜ਼ਰੂਰੀ ਪਾਰਟ ਹੈ ਉਹ ਹੈਗੀ ਕਿ ਸਾਡਾ ਸੜਕਾਂ ਦਾ ਲੈਵਲ ਕਿਹੋ ਜਿਹਾ। ਜੇ ਅਸੀਂ ਜਾਈਏ ਆਮ ਤੌਰ 'ਤੇ ਆਪਾਂ ਪੰਜਾਬ ਦੀ ਚਰਚਾ ਕਰਦੇ ਹਾਂ, ਚੰਡੀਗੜ੍ਹ ਤੋਂ ਨਿਕਲਦੇ ਹਾਂ ਤੁਸੀਂ ਮੋਹਾਲੀ ਚਲੇ ਜਾਓ, ਜ਼ਿਆਦਾ ਦੂਰ ਆਪਾਂ ਨਾ ਵੀ ਜਾਈਏ, ਸਾਡੇ ਬਾਹਰੋਂ ਵੀ ਮਹਿਮਾਨ ਆਉਂਦੇ, ਉੱਥੇ VIP ਆਉਂਦੇ ਹੈ, ਉੱਥੇ ਕ੍ਰਿਕਟ ਸਟੇਡੀਅਮ ਹੈ, ਵੱਡੇ ਵੱਡੇ ਫੰਕਸ਼ਨ ਵੀ ਹੁੰਦੇ ਹੈ। ਅਸੀਂ ਪਿਛਲੇ ਦਿਨਾਂ ਦੇ ਅੰਦਰ ਜਿਹੜਾ ਹੈਗਾ ਕਬੱਡੀ ਮੈਚ ਕਰਾ ਕੇ ਚੁੱਕੇ ਹਾਂ, ਜਿਹੜਾ ਹੈਗਾ ਐਡੇ ਐਡੇ ਖੱਡੇ ਹੈਗੇ ਹੈ ਕਿ ਜੇ ਸਕੂਟਰ ਵਾਲਾ ਜਾਂ ਗੱਡੀ ਅਚਾਨਕ ਉਹਦੇ 'ਚ ਡਿੱਗ ਪਏ ਤਾਂ ਐਕਸੀਡੈਂਟ ਹੋਏ ਤੋਂ ਬਗੈਰ ਉਹਦੇ ਤੋਂ ਬਚ ਨਹੀਂ ਸਕਦਾ। ਸੋ ਮਾੜੀਆਂ ਜਿਹੜੀਆਂ ਸੜਕਾਂ ਦੀਆਂ ਹਾਲਤਾਂ ਉਹ ਵੀ ਜ਼ਿੰਮੇਵਾਰ ਨਹੀਂ ਹੈ, ਇਹਨਾਂ ਸੜਕਾਂ ਦੀ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਮਿਊਂਸਪੈਲਿਟੀ ਦੇ ਉੱਤੇ ਆਉਂਦੀ ਆ ਜੀ। ਅਗਰ ਉਸ ਨਾਲ ਕੋਈ ਖੱਡੇ ਦੇ ਵਿੱਚ ਗਿਰ ਜਾਂਦਾ, ਉਹ ਲੈਵਲ ਸੜਕ ਦੇ ਬਰਾਬਰ ਉਸ ਖੱਡੇ ਦਾ ਨਹੀਂ ਹੈਗਾ ਜੀ, ਅਤੇ ਮਿਊਂਸਪੈਲਿਟੀ ਦੇ ਉੱਤੇ ਹਰਜਾਨਾ ਵੀ ਹੋ ਸਕਦਾ, ਔਰ ਕਈ ਕੇਸਾਂ ਦੇ ਵਿੱਚ ਹੋਇਆ ਵੀ ਆ। ਔਰ ਇਹ ਮਿਊਂਸਪੈਲਿਟੀ ਦੀ ਡਿਊਟੀ ਹੈਗੀ ਆ ਕਿ ਅਗਰ ਕਿਸੇ ਜਗ੍ਹਾ ਦੇ ਉੱਤੇ ਖੱਡਾ ਕਿਸੇ ਕਾਰਨ ਕਰਕੇ ਬਣ ਜਾਂਦਾ ਤਾਂ ਉਹ ਲੈਵਲ ਜਿਹੜੇ ਹੈਗੇ। ਸਰ, ਅਸੀਂ ਆਪਣੇ ਦਰਸ਼ਕਾਂ ਲਈ ਜਾਣਨਾ ਚਾਹਾਂਗੇ, ਤੁਸੀਂ ਬੀਂਗ ਐਡਵੋਕੇਟ, ਕਿ ਅਗਰ ਇੱਦਾਂ ਦਾ ਖੱਡਾ ਹੁੰਦਾ ਜਿੱਥੇ ਅਚਾਨਕ ਕੋਈ ਗਿਰ ਜਾਂਦਾ, ਕਾਨੂੰਨੀ ਤੌਰ 'ਤੇ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਦੇ ਉੱਤੇ ਉਹਦੇ 'ਤੇ ਕੋਈ ਕੇਸ ਕੀਤਾ ਜਾ ਸਕਦਾ ਜਾਂ ਰਿਲੀਫ ਲਈ ਜਾ ਸਕਦੀ? ਬਿਲਕੁਲ, ਉਹਦੇ ਉੱਤੇ PILP ਵੀ ਫਾਈਲ ਕੀਤੀ ਜਾ ਸਕਦੀ ਹੈ, ਸਿਵਲ ਸੂਟ ਵੀ ਫਾਈਲ ਕੀਤਾ ਜਾ ਸਕਦਾ ਜੀ। ਔਰ ਜਿਹੜੀ ਐਡਮਿਨਿਸਟ੍ਰੇਸ਼ਨ ਦੀ ਡਿਊਟੀ ਹੈਗੀ ਆ ਕਿ ਐਜ਼ ਅਰਲੀ ਇਟ ਕੁਡ ਬੀ ਪੋਸੀਬਲ ਉਹਨੂੰ ਮੁਰੰਮਤ ਕੀਤਾ ਜਾਵੇ ਅਤੇ ਠੀਕ ਕੀਤਾ ਜਾਵੇ, ਉਹਦੇ 'ਤੇ ਕਾਰਵਾਈ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਆ, ਬਿਲਕੁਲ ਹੋ ਸਕਦਾ। ਸਰ, ਇਹ ਤਾਂ ਇੱਕ ਡਰਾਈਵਿੰਗ ਦੇ ਨਾਲ ਅਤੇ ਹੋਰ ਸਾਰਾ ਜਿਹੜੀ ਆਵਾਜਾਈ ਦੀ ਆਪਾਂ ਗੱਲ ਕਰਦੇ ਹਾਂ, ਬੜਾ ਜ਼ਰੂਰੀ ਪਾਰਟ ਹੈ ਉਹ ਹੈ ਡਰਾਈਵਿੰਗ ਲਾਇਸੈਂਸ। ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ, ਖਾਸ ਤੌਰ 'ਤੇ ਜਿੱਦਾਂ ਆਪਾਂ ਕਹਿੰਦੇ ਬੱਚਿਆਂ ਦੀ ਗੱਲ ਨਹੀਂ ਕਿ ਬੱਚੇ ਜਿਹੜੇ ਅੰਡਰ ਏਜ ਹੈ ਉਹਨਾਂ ਨੂੰ ਗੱਡੀਆਂ ਚਲਾਉਂਦੇ ਹੈ, ਜਿਹੜੇ ਅੱਗੇ ਵੱਡੇ ਵੀ ਹੈਗੇ ਹੈ, ਕੋਈ ਅਨਪੜ੍ਹ ਹੈ, ਕੋਈ ਲੇਬਰ ਕਲਾਸ 'ਚੋਂ ਉੱਠ ਕੇ ਡਰਾਈਵਰ ਬਣ ਗਿਆ, ਉਹਨੂੰ ਪ੍ਰੋਪਰ ਜਿਹੜੀ ਟ੍ਰੈਫਿਕ ਸਾਇੰਸ ਨਹੀਂ ਹੈਗੀ, ਉਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਗੱਲ ਫਿਰ ਉੱਥੇ ਆ ਗਈ ਕਿ ਜਿਹੜੀ ਰੂਲ ਇਨਫੋਰਸਿੰਗ ਏਜੰਸੀ ਦਾ ਜੀ ਜੀ, ਚਾਹੇ ਉਹ ਡਰਾਈਵਿੰਗ ਲਾਇਸੈਂਸ ਦਾ ਇਸ਼ੂ ਆਉਣਾ, ਚਾਹੇ ਉਹ ਛੋਟੇ ਬੱਚਿਆਂ ਦਾ, ਚਾਹੇ ਉਹ ਡਰੰਕਨ ਡਰਾਈਵਿੰਗ ਹੈ ਜੀ, ਚਾਹੇ ਉਹ ਓਬੇਇੰਗ ਦ ਰੂਲਸ ਆਫ ਦੀ ਰੋਡ ਹੈ, ਗੱਲ ਫਾਈਨਲੀ ਆ ਕੇ ਐਡਮਿਨਿਸਟ੍ਰੇਸ਼ਨ 'ਤੇ ਆਈ, ਜਿਹੜੀ ਰੂਲ ਇਨਫੋਰਸਿੰਗ ਏਜੰਸੀਜ਼ ਨੇ, ਜਿਹੜੀ ਟ੍ਰੈਫਿਕ ਪੁਲਿਸ ਹੈ ਪੰਜਾਬ ਵਿੱਚ। ਤੁਸੀਂ ਦੱਸਿਆ ਕਿ ਉਹ ਹੈ ਇੰਨੀ ਐਡੀਕੁਏਟ ਇਨਐਡੀਕੁਏਟ ਜੀ, ਕਿ ਉਹਦੇ ਕੋਲੋਂ ਕੋਈ ਉਮੀਦ ਰੱਖਣੀ ਕਿ ਉਹ ਕਰ ਪਾਉਣਗੇ ਅੱਜ ਤਾਂ ਊਂਟ ਦੇ ਮੂੰਹ 'ਚ ਜੀਰਾ, ਉਹ ਨਹੀਂ ਪੋਸੀਬਲ ਜੀ। ਜਦ ਤੱਕ ਇਹ ਸਟਰੈਂਥ ਐਡੀਕੁਏਟਲੀ ਵਧਾਈ ਨਹੀਂ ਜਾਂਦੀ ਜੀ ਜੀ, ਇਨ ਫਸਟ ਗੋਇਲ ਸੇ 2200 ਤੋਂ 10,000 ਤਾਂ ਇੱਕਦਮ ਹੋਣੀ ਚਾਹੀਦੀ, ਔਰ 6 ਮਹੀਨਿਆਂ ਦੇ ਵਿੱਚ ਵਿੱਚ ਹੋਣੀ ਚਾਹੀਦੀ ਜੀ, ਜੇ ਗੌਰਮੈਂਟ ਸੀਰੀਅਸ ਹੈ। ਜੇ ਨਹੀਂ ਸੀਰੀਅਸ ਤਾਂ ਫਿਰ ਜਿਵੇਂ ਚੱਲਦਾ ਚੱਲੀ ਜਾਏ ਭਰੋਸੇ। ਅਸੀਂ ਆਪਣੇ ਮਹਿਮਾਨਾਂ ਦੇ ਨਾਲ ਅੱਜ ਇਸ ਮੁੱਦੇ 'ਤੇ ਚਰਚਾ ਕਰ ਰਹੇ ਹਾਂ ਕਿ ਪੰਜਾਬ ਦੇ ਅੰਦਰ ਹਾਦਸਿਆਂ ਦੀ ਗਿਣਤੀ ਕਿਉਂ ਵੱਧ ਰਹੀ ਹੈ, ਇੰਨੀਆਂ ਕੀਮਤੀ ਜਾਨਾਂ। ਬਹੁਤ ਵਾਰੀ ਅਸੀਂ ਇੱਕ ਜਾਨ ਬਚਾਉਣ ਦੇ ਲਈ, ਇੱਕ ਜ਼ਿੰਦਗੀ ਬਚਾਉਣ ਦੇ ਲਈ ਬੜੀਆਂ ਲੰਬੀਆਂ ਲੜਾਈਆਂ ਲੜਦੇ ਹਾਂ, ਪਰ ਹਰ ਰੋਜ਼ ਜਿਹੜਾ ਸਾਡੇ ਘਰਾਂ ਦੇ ਅੰਦਰ ਸੱਥਰ ਵਿਛਦਾ, ਸੜਕਾਂ ਲਹੂ ਲੁਹਾਨ ਹੁੰਦੀਆਂ, ਉਸਦਾ ਜਵਾਬ ਕੌਣ ਦੇਵੇਗਾ? ਇਹਨਾਂ ਸਾਰੇ ਮੁੱਦਿਆਂ 'ਤੇ ਹੋਰ ਬਹੁਤ ਸਾਰੇ ਸਵਾਲ ਅਸੀਂ ਆਪਣੇ ਮਹਿਮਾਨਾਂ ਨਾਲ ਸਾਂਝੇ ਕਰਾਂਗੇ, ਪਰ ਵਕਤ ਹੈ ਹੁਣ ਛੋਟੇ ਜਿਹੇ ਬ੍ਰੇਕ ਦਾ, ਤੁਸੀਂ ਇੰਤਜ਼ਾਰ ਕਰੋ ਬ੍ਰੇਕ ਖਤਮ ਹੋਣ ਤੱਕ। ਗਲੋਬਲ ਪੰਜਾਬ TV 'ਤੇ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਰੋੜਾ ਸਾਹਿਬ, ਬ੍ਰੇਕ ਤੋਂ ਪਹਿਲਾਂ ਆਪਾਂ ਜਿਸ ਮੁੱਦੇ 'ਤੇ ਚਰਚਾ ਕਰ ਰਹੇ ਸੀ ਕਿ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਐਡਮਿਨਿਸਟ੍ਰੇਸ਼ਨ ਕਈ ਐਂਗਲ ਤੋਂ ਰਿਸਪੋਂਸੀਬਲ ਹੈ ਪੰਜਾਬ ਦੇ ਅੰਦਰ ਜਾਂ ਕਿਧਰੇ ਵੀ, ਜਿੱਦਾਂ ਤੁਸੀਂ ਉੱਤਰੀ ਭਾਰਤ ਦੀ ਵੀ ਗੱਲ ਕਰਦੇ ਹੋ, ਇੱਕ ਹੋਰ ਬੜੀ ਵੱਡੀ ਸਮੱਸਿਆ ਉਹ ਹੈ ਸੜਕਾਂ ਦੇ ਉੱਤੇ ਅਵਾਰਾ ਡੰਗਰਾਂ ਦੀ। ਅਸੀਂ ਦੇਖਦੇ ਹਾਂ ਕਿ ਬਹੁਤ ਕੀਮਤੀ ਜਾਨਾਂ, ਖਾਸ ਤੌਰ 'ਤੇ ਜਿਹੜੀਆਂ ਮੋਟਰਸਾਈਕਲ ਸਕੂਟਰ ਲੋਕ ਚਲਾਉਂਦੇ ਆ, ਉਹ ਸਿਰਫ ਜਿਹੜਾ ਕਿ ਡੰਗਰਾਂ ਦੀ ਵਜ੍ਹਾ ਕਰਕੇ ਮਾਰੇ ਜਾਂਦੇ ਆ, ਤੁਸੀਂ ਇਹਦੇ ਬਾਰੇ ਕੀ ਕਹੋਗੇ? ਦੇਖੋ, ਜਿਹੜਾ ਕਿ ਤੁਸੀਂ ਕਿਸੇ ਵੀ ਐਡਵਾਂਸ ਮੁਲਕ 'ਚ ਜਾਓ ਜੀ, ਅਤੇ ਉੱਥੇ ਹਰ ਚੀਜ਼ ਵਾਸਤੇ ਵੱਖਰੇ ਟਰੈਕਸ ਨੇ ਜੀ ਜੀ, 4-wheelers ਵਾਸਤੇ ਵੱਖਰੇ ਨੇ, 2-wheelers ਵਾਸਤੇ ਵੱਖਰਾ ਨੇ। ਔਰ ਮੈਨੂੰ ਮੌਕਾ ਮਿਲਿਆ ਇੰਗਲੈਂਡ, ਅਮੈਰੀਕਾ, ਕੈਨੇਡਾ ਸਾਰਾ ਦੇਖਣ ਦਾ, 500 miles ਟਰੈਵਲ ਕਰੋ, ਮਜਾਲ ਹੈ ਕੋਈ ਟਰੈਕਟਰ ਜਾਂ ਕੋਈ ਜਾਨਵਰ ਨੂੰ ਐਂਟਰੀ ਪੁਆਇੰਟ ਹੀ ਹੈ, ਉਹ ਸਾਰੀ ਸੜਕਾਂ ਦੇ ਉੱਪਰ ਫੈਂਸਿੰਗ ਹੈ ਜੀ। ਉਹ ਤਾਂ ਚਲੋ ਫਿਲਹਾਲ ਇੰਡੀਆ ਵਾਸਤੇ ਸ਼ਾਇਦ ਪੋਸੀਬਲ ਨਾ ਹੋਵੇ, ਪਰ ਕੁਛ ਸੜਕਾਂ ਤਾਂ ਤੁਸੀਂ ਬਣਾ ਸਕਦੇ ਹੋ, ਜਿਹੜੀ ਜਿੱਥੇ ਬੜਾ ਟ੍ਰੈਫਿਕ ਹੈ
जी रोहित साहब, मैं थोड़ा इतने तुम्हें रोकना चाहागा कि जिते टोल टैक्स लगता है, हाँ खास तौर पर जो जरा उस सड़क के उत्ते चलने वाला व्यक्ति हैगा उसके लिए पे करता है, हाँ जी, तो उसकी सेफ्टी क्यों ना हो उस रोड के उत्ते, क्यों डंगर चलन ज क्यों कूड़े चलन ज क्यों होर इदा दी? फिर वो लैक ऑफ एडमिनिस्ट्रेटिव विल है जी। मैं तुम्हें दसा जी मेन सड़क होंगे किसी भी देश एडवांस्ड मुल्क, एक मैं ना नहीं लाँगा किसी भी एडवांस मुल्क, उसे दोनों तरफ फेंसिंग है, कोई पशु नहीं आएगा, कोई ट्रैक्टर नहीं आएगा, कोई टू व्हीलर नहीं आएगा जी। असी थोड़ी जी शुरुआत की है इंडिया हुई है शुरुआत, लेकिन वो एड्डी स्लो है और इन्ने लूप होल्स ने मुंबई तो पुणे उदे है कि बड़े घट्ट ने तुहानू मिलेगा कि कोई डंगर आ जाए, बड़ा घट्ट, कोई टू व्हीलर नहीं मिलेगा, तो एडा ट्रैफिक के बावजूद उत्थे एक्सीडेंट्स का जो नंबर है वह 100 गुणा घट गया जी। प्रोफेसर पंजाब के अंदर बड़ी मारो मार है जी, इस करके ईवन के साड़ियाँ अदर स्टेट्स तो भी जो कुछ लोग आते हैं जिते थोड़ा सख्ती पालना की जाती है, जे मेहमान जोड़े बहरों आते हैं, साड़िया सड़कों के इसलिए भी गड्डिया चलाने तो डरते हैं कि पता नहीं किड़े वेले डंगर कोई अगे आ जाए पूरे का पूरा इजड़ा हक के सड़क से आ जाता और एकदम सड़क जी है ब्लॉक हो जाती है। सिद्धू साहब खाली डंगर नहीं है जी, ट्रॉली जो ट्रैक्टर ट्रॉलीज ने उन्होंने जोड़ा लोड है वह 2-2 फुट बाहर वधिया है जी जी, जोड़े साढ़े ट्रक चलते हैं और जिन्हें तूड़ी लिया बिल्कुल इलीगल है कि 2-2, 3-3 फुट दोनों पास वधे हुए और पिछे कोई ब्लिंकरस नहीं है उन्होंने जी जी। जिदा ट्रैक्टर की गल करते हैं रोड़ा साहब, साढ़े को समय के लिहाज में पटिया से मैं लीगल एंगल तो गल करनी चाहागा, असं हूँ डंगर की गल नहीं करते, मैं बंद की गल कर रहा कि गवर्नमेंट के खिलाफ कई तरह के प्रोटेस्ट होंगे, कि बिजली नहीं है, कि होर वजह कुछ भी हो सकती है, साढ़े लोग उठ के आके जिहड़ियां मेन सड़कां उन्होंने ब्लॉक कर देंगे रोक देंगे, हाँ जी हुंदा की है कि एडमिनिस्ट्रेशन उन्होंने प्रॉब्लम क्रिएट नहीं करना चाहती, तो सारी जिहड़ी हैगी है वो ट्रैफिक डिवर्ट कर देंगे है, किसी पिंड की टूटी जी रोड तो उंदी सड़क जा रही है जिसनों रस्तों का पता है, एक गड्डी फस गई तो सारे का सारा ट्रैफिक की इदा जिहड़ा हैगा ट्रैफिक ब्लॉक करनी जिहड़ी हैगी है अपने प्रोटेस्ट करन दी दी इलीगल तौर पर वाजिब है? नहीं ये तो गलत हैगी है जी, बिल्कुल सड़क नहीं रोकिया जा सकदियां, ना रस्ते रोके जा सकते जी, और कई बार धार्मिक उत्सव करके भी लोग जड़े ने सड़कों के उत्ते सरेआम सैलीब्रेट करते हैं, उहदे नाल भी लोगों को बहुत नुकसान हुंदा है, कई बार कोई बेचारा एंबूलेंस जा रहा हुंदा और रस्ता ना मिलन करके उहदा नुकसान हो जाता, तो रस्ते रोकने जोड़े है कानूनी तौर पर जू गलत है जी जी। तुम अपनी जी है प्रोटेस्ट करो ज श्रद्धा भावना मनाओ, पर ही नहीं कि अचानक तेज रफ्तार गड्डी आ रही है अगों को डांग लैके खड़ा हो जाता है कि नहीं रुको तुम नहीं जा सकते, इदा ही जो पाठिया साहब ट्रैफिक की जो आप गल करते हैं, दूजा ये भी लीगल एंगल न जुड़ी भी गल है कि नॉर्मली यह मनिया जाता है कि जो 50 साल तो उपर एज हो जाती है तो कई बार जी नेड़े की निगाह कई बार दूर की निगाह नज़र घटनी शुरू हो जाती है, साढ़े आम तौर पर इन्होंने गलों वाल कोई ध्यान नहीं दिता जाए। हाँ जी सिद्धू साहब, ये बारे मेरा यह विचार है कि 50 साल तो बाद जोड़ा है ना हर एक की दूर की नेड़े की तो वैसे 40 तो बाद ही जरूरी हो जाती जी, जी, जी। पर 50 तो बाद दोनों नज़र जरूर टैसट करवानी जरूरी होनी चाहिए ने जी, क्योंकि दूर की निगाह जी घट जाती है तो ऑब्जरवेशन जी भी घट जाती है, कई बार दूरों गड्डी जी तेजी रफ्तार न आ रही है ऑब्जेक्शन बिल्कुल घट गई बिल्कुल। सर जो आप ट्रैफिक की और गड्डिया के इदा के एक्सीडेंट की गल करते हैं, एक होर वजह जी अजक बड़ी पॉपूलर है वो हैगी है कि गड्डिया के जो म्यूजिक है वह इन्ना उच्ची चलाने असी कि असं आप तो सुनते ही सुनते हैं, असं गलिया मल्यालू भी सुनाने हैं कि की वज रहा अंदर जोड़ा है वो जो म्यूजिक हैगा वह भी बहुत वीडी एक वजह है। सिद्धू साहब तुम बिल्कुल वजह फरमा रहे हो जी, पहला जो मैं थोड़े पहले सवाल से आना कि असी एडमिनिस्टर क्यों नहीं करते जी रिलजियस कॉन्ग्रीगेशन न, दूसरे इंपलाइज प्रोटेस्ट जी जी। अफसोस है कि साढ़े जोड़े पोलीटिशियंस ने वह बड़े हल्के लैवल दे, तुसीं चंडीगढ़ ते पंजाब नूं देखो, चंडीगढ़ च अगर प्रोटेस्ट करना है तो सैक्टर 25 फिक्स करता है गौरमेंट जी जी जी, तुसीं किधरे होर करोगे तो जिवें भाटिया साहब ने किया तुहाडे ते एक्शन हो सकता जी, 17 सैक्टर च बस स्टैंड ते जाके आवाजाही नहीं रुकी जा सकती, रुकी जा सकती, इन्होंने बिल्कुल भाटिया साहब ने ठीक किया है कि चंडीगढ़ भी यूनियन टेरेटरी है, उन्होंने कहा भी जिस किसी ने एजुटेशन करना कोई बंदा सड़क नहीं रोक सकता, ਤੁਸੀਂ ਆਪਣਾ ਗ੍ਰੀਵੈਂਸਿਸ ਹਾਈਲਾਈਟ ਕਰਨੀਆਂ 25 ਸੈਕਟਰ ਤੁਹਾਡੇ ਤੇ ਜਗ੍ਹਾ ਹੈਗੀ ਜੀ ਜੀ, ਇਹ ਪੰਜਾਬ ਵਿੱਚ ਕਿਉਂ ਨਹੀਂ ਹੋ ਸਕਦਾ ਜੀ ਜੀ? ਰੋੜਾ ਸਾਹਿਬ ਤੁਸੀਂ ਬਹੁਤ ਹੀ ਵਧੀਆ ਐਗਜ਼ਾਮਪਲ ਦਿੱਤੀ, ਆਮ ਤੌਰ ਤੇ ਅਸੀਂ ਗੱਲਾਂ ਕਰਦੇ ਹਾਂ ਸਾਡੇ ਲੋਕ ਜਿਹੜੇ ਬਾਹਰ ਜਾ ਕੇ ਆਉਂਦੇ ਆ ਕਿ ਜੀ ਫਲਾਂ ਜਗ੍ਹਾ ਤੇ ਹੈ, ਮੈਂ ਕਹਿੰਦਾ ਕਿ ਬਾਹਰ ਦੀ ਗੱਲ ਹੀ ਨਾ ਕਰੋ, ਚੰਡੀਗੜ੍ਹ ਦੀ ਗੱਲ ਕਰੋ, ਚੰਡੀਗੜ੍ਹ ਤੇ ਪੰਜਾਬ ਵੀ ਕਿਉਂ ਨਹੀਂ ਹੋ ਸਕਦਾ ਜੀ? ਚੰਡੀਗੜ੍ਹ ਕਿਉਂ ਨਹੀਂ ਹੋ ਸਕਦਾ? ਦੂਜਾ ਇਸ਼ੂ ਮੈਂ ਮਿਊਜ਼ਿਕ ਦੇ ਉੱਤੇ ਤੁਹਾਡੀ ਰਾਏ ਜਾਣਨਾ ਚਾਹੁੰਦਾ। ਮਿਊਜ਼ਿਕ ਤਾਂ ਇਹ ਹੈ ਜਿਹੜੇ ਅੱਜ ਕੱਲ੍ਹ ਜਿਹੜੇ ਉਹ ਈਅਰਫੋਨਸ ਆ ਗਏ ਜੀ ਜੀ, ਮੇਰਾ ਇੱਕ ਮੈਂ ਪੰਚਕੂਲੇ ਰਹਿੰਦਾ, ਮੇਰੇ ਨਾਲ ਦਾ ਇੱਕ ਬੰਦਾ
मेरा बड़ा अच्छा जानकार तो एक मुंडा जी 22-23 साल का इंजीनियरिंग कर रहा भाटिया साहब तीसरे साल है ठीक है। उन्हें कोई गड्डी पकड़ के जाना सोनीपत तो ईयरफोन लगाया जिवें तुसी कह रहे हो म्यूजिक फुल वॉल्यूम ते गड्डी आ गई सिद्धू साहब नूं पता नहीं चलिया और बच्चा क्रश हो गया तो जिहड़े वड्डी जिहड़ी उहदी सज़ा भुगतनी पई जिहड़े पेरेंट्स नूं तो भुगतनी पई जी जिहड़े बच्चे कार चलाण लंघियां फुल वॉल्यूम चला के और फिर ईयरफोन चलांदे ने ये भी सख्ती नाल बैन होना चाहिए क्योंकि ये बच्चों के अपने सेफ्टी वास्ते जरूरी जी जी। जे तेज़ रफ्तार की गल करिए कि तेज़ रफ्तारी के जिहड़े चलान होंदे आ तो पंजाब दे विच जिहड़े गा आलमोस्ट जिहड़े हैगे उहदे नालों चंडीगढ़ की गिणती 600-700 गुणा जिहड़ी हैगी है ज़्यादा हैगी है। अगर लाल बत्ती दी आपां लंघणा की गल करिए तो पंजाब दे विच 72,808 चलान होए जी और चंडीगढ़ दे विच 82,601 चलान होए जी। हाँ जी इदा ही जे हाई बीम की गल करिए हाई बीम से जी गड्डियां चलाते लोग जी पंजाब जिहदा मतलब बहुत ही ट्रैफिक सेंस है अच्छा उत्थे चलान होंदे ही नहीं उत्थे चलान होया 694 अच्छा जी। और चंडीगढ़ जिहड़ा तुसीं खूबसूरत शहर करदे हो लगता है कि जां मूर्खां दा शहर है कि जां जानकारी घट है उत्थे चलानां दी गिणती है 23,580 इस तों तुसीं अंदाज़ा लगाया जा सकता है कि मतलब कितें ना कितें कानून के अंदर सख्ती की जरूरत है तो इस कंट्रोल किया जाता है। पाठिया जी तुसीं पंजाब हरियाणा च कोर्ट के मामले में डील करदे हो तुसीं इस एंगल तो की कहोगे इस तरह जी जो कानून बने ने वह लागू करने वास्ते ने जी जी सारे दे उत्ते जरूर उन्हें लागू किया जाना चाहिए सख्ती नाल निबड़ना चाहिए खास करके ब्रैथ टैसट जोड़ा है वो चलान बहुत घट होंगे ने जी जो कि शाम वेले योजे चलान किए जा सकते हैं जी मतलब कि यह नहीं कि उन्होंने सोर्स ऑफ इनकम बनाना कहने का मतलब है कि लोगों को जागरूक करना है और जागरूक करने की जरूरत है। पटी साहब इस मुद्दे से अपने को समा भी घट है मैं थोड़ी राय भी रोड़ा साहब लेनी चाहागा। देखो ये तीन मेन फैक्टर्स ने जो रोल प्ले कर सकते पहला तो है एडमिनिस्ट्रेशन का और रूल्स बैंड द होन वट एवर द परसन हूसोएवर द मैन जो भी पोजिशन है दूसरा रोल ऑफ पेरेंट्स और तीसरा इंप्रूवमेंट इन इंफ्रास्ट्रक्चर जी ये तीनों मुद्दों से साइमल्टेनियसली अगर असी चलांगे क्योंकि ये ना उम्मीद करिए कि वहीकल्स घटेंगे आने वाले समय होर वधनगे जी जी ये तो अज एक करोड़ वध रहा है तो आने वाले दिन तो शायद 1.25 करोड़ साल का वधे जी ये मन के चलो 1.25 करोड़ साल का जी तो उसके वास्ते जी प्लैनिंग होंगी वो तो अज तो 10-20 साल अगे की होनी चाहिए जी। रोड़ा साहब साढ़े को समय बिल्कुल ही इजाजत नहीं दे रहा मैं सिर्फ हाँ ज ना थोड़ी जानकारी जी लेना चाहाँगा कि समाजिक तौर पर लोगों की जिम्मेवारी बनती है कि नहीं बनती पुलिस एडमिनिस्ट्रेशन की तो बनती बनती है तुम की कहोगे बिल्कुल 100% बिल्कुल बनती है 100% थोड़ी की राय है। हाँ बिल्कुल सानू सारे मिलवरतन देना चाहिए तभी असं जड़ा जी इस कदम एक मिनट मैं होर लाँगा एक ट्रैफिक चंडीगढ़ ट्रैफिक पुलिस ने एक सैमीनार किया एनुअली तो मैंने बनाता चीफ गैस जी जी तो मैं भी एक तो तुम उन्होंने बच्चों से टारगेट करो जे 14-18 साल जी जी और उन्होंने पेरेंट्स से मैं क्या मैं अपने बच्चे 100 समझा ला पर जे लाल बत्ती हो गई तो पुलिस वाला नहीं मिलता गया बिल्कुल सारा बेकार जी थोड़ी गल सहमत है जी समा इजाजत नहीं दे रहा असं अपने मेहमानों के नाल अज जिस मुद्दे को लैके चर्चा की है कि पंजाब के अंदर किस तरीके दे नाल हादसों की गिणती जी लगातार बढ़ रही है मौतों की गिनती और खास तौर पर उस नौजवान बड़ी बड़ी गिणती दे शामिल है ये समाजिक तौर पर जी चेतना वो बहुत जरूरी है जिदा असी जिक्र किया कानून सख्त होएगा तो चंडीगढ़ की तरह पंजाब दे विच भी बहुत सारे लोगों दी जाना बचाइया जा सकती हैं जे ला पा के इस गल दे उते कहिए चाहे प्रशासन है चाहे लोग है चाहे अदालत है समाज है सानू सारे नू मिल के इस मुद्दे दे उते सांझे तौर पर काम करना चाहिए। निशाना एको ही है कि असी अपने घरां दे अंदर मौत दे सत्थर किदां घटा सकते हैं जिहड़े बगैर वजह दे साडे घरां च विछदे है इन्हां मुद्दियां ते साढ़े नाल चर्चा करन दे लई असी पाठिया साहब अरोड़ा साहब दोनों के बहुत धन्यवादी हैं और अपने दर्शकों भी कहांगे कि समाज नाल जुड़े मुद्दों नू लैके तुहाडी कचहरी च मुड़ हाजिर होवांगे तद तक लई इजाजत दिओ धन्यवाद।